ਪੰਜਾਬ ਦੇ ਸਰਕਾਰੀ ਸਕੂਲ ਤੇ ਇਹਨਾਂ ਦੀ ਮੰਦੀ ਹਾਲਤ ਕਿਸੇ ਤੋਂ ਲੁਕੀ ਨਹੀਂ ਹੈ ਤੇ ਹੁਣ ਇਹਨਾਂ ਸਕੂਲਾਂ ਨੂੰ ਲੈ ਕੇ ਕੁਝ ਹੈਰਾਨ ਕਰ ਦੇਣ ਵਾਲੇ ਆਂਕੜੇ ਸਾਹਮਣੇ ਆਏ ਹਨ ਜਿਸ ਮੁਤਾਬਕ ਪੰਜਾਬ ਦੇ ਦਰਜਨਾ ਪਿੰਡ ਅਜਿਹੇ ਹਨ ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀਆਂ ਮਗਰ ਇੱਕ ਵੀ ਅਧਿਆਪਕ ਨਹੀਂ ਹੈ ਤੇ ਕਈ ਵਧੀਆ ਇਲਾਕਿਆਂ ਦੇ ਸਕੂਲਾਂ ਵਿੱਚ ਅਜਿਹੇ ਹਾਲਾਤ ਹਨ ਕਿ ਕੁਝ ਗਿਣਤੀ ਵਿਦਿਆਰਥੀਆਂ ਮਗਰ ਹੀ ਨਜਾਇਜ਼ ਗਿਣਤੀ ਦੇ ਅਧਿਆਪਕ ਭਰੇ ਹਨ ਅਜਿਹੇ ਵਿੱਚ ਕਈ ਵਿਦਿਆਰਥੀ ਸਿੱਖਿਆ ਰੂਪੀ ਇਸ ਵਰਦਾਨ ਤੋਂ ਵਾਂਝੇ ਰਹਿ ਰਹੇ ਹਨ ਤੇ ਬਾਲ ਮਜ਼ਦੂਰੀ ਭੀਖ ਮੰਗਣ ਤੇ ਕਿਤਾਬਾਂ ਦੀ ਥਾਂ ਗੋਦਾਮਾਂ ਦਾ ਸਮਾਨ ਢੋ ਰਹੇ ਹਨ ਤੇ ਹੋ ਰਿਹਾ ਹੈ ਅਧਿਆਪਕਾਂ ਦੀ ਅਸਮਾਨ ਵੰਡ ਕਰਕੇ ਤੇ ਸਿਫਾਰਸ਼ੀ ਟ੍ਰਾਂਸਫਰ ਪਾਲਿਸੀ ਕਰਕੇ ਇੱਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਅੰਮ੍ਰਿਤਸਰ ਦੇ ਹੀ 5 ਪਿੰਡ ਅਜਿਹੇ ਹਨ ਜਿਨ੍ਹਾਂ ਵਿੱਚ ਸੈਂਕੜਿਆਂ ਮਗਰ ਕੋਈ ਵੀ ਨਹੀਂ ਜਾਂ ਫਿਰ 1 ਜਾਂ 2 ਅਧਿਆਪਕ ਹਨ ਤੇ ਫਤਿਹਗੜ੍ਹ ਸਾਹਿਬ ਦੇ ਕਈ ਸਕੂਲ ਅਜਿਹੇ ਹਨ ਜਿੱਥੇ 40 ਤੋਂ ਵੀ ਘੱਟ ਗਿਣਤੀ ਦੇ ਵਿਦਿਆਰਥੀਆਂ ਮਗਰ 8-8, 9-9 ਅਧਿਆਪਕ ਹਨ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਅਜਿਹੀਆਂ ਜਗ੍ਹਾਵਾਂ ਹਨ ਜਿੱਥੇ ਇਸ ਤਰ੍ਹਾਂ ਦੀ ਗੜਬੜੀ ਦੇਖੀ ਗਈ ਹੈ 2016 'ਚ ਜਦੋਂ ਸੂਬੇ ਵਿੱਚ ਅਕਾਲੀ ਸਰਕਾਰ ਸੀ ਤਾਂ ਕਾਂਗਰਸ ਨੇਤਾ ਚਰਨਜੀਤ ਚੰਨੀ ਨੇ ਖੁਲਾਸਾ ਕੀਤਾ ਸੀ ਕਿ ਸੂਬੇ ਵਿੱਚ 13,032 ਪ੍ਰਾਇਮਰੀ ਸਕੂਲਾਂ ਵਿੱਚ ਅਧਿਆਪਕਾਂ ਦੀਆਂ 13,392 ਅਸਾਮੀਆਂ ਖਾਲੀ ਹਨ ਤੇ ਅੱਜ ਜਦੋਂ ਖੁਦ ਕਾਂਗਰਸ ਦੀ ਸਰਕਾਰ ਹੈ ਤਾਂ ਫਿਰ ਇਹ ਸਵਾਲ ਤਾਂ ਲਾਜ਼ਮੀ ਹੈ ਕਿ ਇਹੀ ਨੇਤਾ ਇਸ ਗੱਲ ਵੱਲ ਧਿਆਨ ਕਿਉਂ ਨਹੀਂ ਦੇ ਰਹੇ ਹਾਲਾਂਕਿ ਅੱਜ ਇਹੀ ਟੈਕਨੀਕਲ ਐਜੂਕੇਸ਼ਨ ਤੇ ਇੰਡਸਟਰੀਅਲ ਟ੍ਰੇਨਿੰਗ ਦੇ ਮਿਨਿਸਟਰ ਹਨ ਕੁਝ ਦਿਨ ਪਹਿਲਾਂ ਹੀ ਜਲੰਧਰ ਵਿੱਚ ਇੱਕ ਅਧਿਆਪਕ ਦੇ ਤਬਾਦਲੇ ਨੇ 102 ਵਿਦਿਆਰਥੀਆਂ ਦੀ ਗਿਣਤੀ ਵਾਲੇ ਸਕੂਲ ਨੂੰ ਅਧਿਆਪਕ ਤੋਂ ਵਾਂਝਾ ਕਰ ਦਿੱਤਾ ਸੀ ਤੇ ਇਹ ਸੂਬਾ ਸਰਕਾਰ ਦੀਆਂ ਹਦਾਇਤਾਂ ਦੀਆਂ ਸ਼ਰਿਆਂ ਧੱਜੀਆਂ ਉੜੀਆਂ ਸਨ ਜਿਸ ਦੇ ਮੁਤਾਬਕ ਜਿਸ ਸਕੂਲ ਵਿੱਚ 1 ਅਧਿਆਪਕ ਹੋਵੇ ਉਸਦਾ ਤਬਾਦਲਾ ਨਹੀਂ ਹੋ ਸਕਦਾ ਹੋਰ ਤੇ ਹੋਰ ਇਹ ਸਰਕਾਰੀ ਦਿਸ਼ਾ ਨਿਰਦੇਸ਼ਾਂ ਦੀ ਵੀ ਨਿਰਪੱਖ ਉਲੰਘਣਾ ਕਰਦਾ ਹੈ ਜਿਸ ਦੇ ਅਨੁਸਾਰ 40 ਵਿਦਿਆਰਥੀਆਂ ਮਗਰ ਘੱਟੋ ਘੱਟ 1 ਅਧਿਆਪਕ ਹੋਣਾ ਜ਼ਰੂਰੀ ਹੈ ਪਿੱਛੇ ਜੇ ਆਏ 10ਵੀਂ ਦੇ ਨਤੀਜਿਆਂ ਵਿੱਚ ਸਰਕਾਰੀ ਸਕੂਲਾਂ ਦਾ ਪ੍ਰਦਰਸ਼ਨ ਬਹੁਤ ਮਾੜਾ ਸੀ ਕਿਉਂਕਿ ਇਹਨਾਂ ਸਕੂਲਾਂ ਵਿੱਚ 57.85% ਹੀ ਬੱਚੇ ਪਾਸ ਹੋ ਸਕੇ ਸੀ ਗੌਰਤਲਬ ਹੈ ਕਿ ਇਹਨਾਂ ਸਕੂਲਾਂ ਦੇ 1,88,175 ਵਿਦਿਆਰਥੀਆਂ ਵਿੱਚੋਂ 1,08,855 ਵਿਦਿਆਰਥੀ ਹੀ ਇਸ ਪ੍ਰੀਖਿਆ ਨੂੰ ਪਾਸ ਕਰ ਸਕੇ ਸਨ ਦੱਸ ਦਈਏ ਕਿ ਕਾਂਗਰਸ ਸਰਕਾਰ ਵੱਲੋਂ ਕੁਝ ਦੇਰ ਪਹਿਲਾਂ ਹੀ ਸੂਬੇ ਦੇ ਸਰਕਾਰੀ ਸਕੂਲਾਂ ਨੂੰ 2,500 ਅਧਿਆਪਕ ਮਿਲੇ ਹਨ ਤੇ ਇਸ ਦੇ ਨਾਲ ਹੀ 1,000 ਹੋਰ ਲਿਆਉਣ ਦਾ ਐਲਾਨ ਵੀ ਕੀਤਾ ਗਿਆ ਸੀ ਸੋ ਇਸ ਤੋਂ ਸਾਫ਼ ਹੈ ਕਿ ਪੰਜਾਬ ਕੋਲ ਅਧਿਆਪਕਾਂ ਦੀ ਕਮੀ ਨਹੀਂ ਹੈ ਲੋੜ ਹੈ ਤਾਂ ਉਹਨਾਂ ਨੂੰ ਸਹੀ ਜਗ੍ਹਾ ਲਗਾਉਣ ਦੀ ਤੇ ਇਸ ਸਿਫਾਰਸ਼ੀ ਟ੍ਰਾਂਸਫਰ ਪਾਲਿਸੀ ਨੂੰ ਰੱਦ ਕਰਨ ਦੀ ਤਾਂ ਜੋ ਹਰ ਬੱਚਾ ਸਿੱਖਿਆ ਦਾ ਚਾਨਣ ਪਾ ਕੇ ਸਮਾਜ ਲਈ ਚਾਨਣ ਮੀਨਾਰ ਬਣ ਸਕੇ ਬਿਊਰੋ ਰਿਪੋਰਟ ਸਪੋਕਸਮੈਨ ਟੀਵੀ